हाँ जी सत श्री अकाल पंजाबीओ, की हाल चाल है? इग्नोर माई हालत ते बहुत बहुत स्वागत है तुहाडे अपने चैनल ते जिहदा नाम है 0300 वाले। ते बहुत मुद्दतां बाद तुहानूं दर्शन कराउणे अपने खूह दे, ठीक है जी। ते अज पता की आ, अज आ यार बहुत चैलेंज करदे आ, आ लवी छाया जी अपना, ते जोलो चिप कहिंदे नूं ना, ਇਹ 'ਚ ਕਹਿੰਦੇ ਮਿਰਚ ਬਹੁਤ ਜ਼ਿਆਦਾ ਹੁੰਦੀ ਆ ਅਤੇ ਬੰਦੇ ਦੀਆਂ ਚੀਕਾਂ ਕੜਾ ਦਿੰਦੀ ਆ। ਆਪਾਂ ਹੁਣ ਕਰਨਾ ਕੁਛ ਇੱਦਾਂ ਆ ਕਿ ਪੈਂਚੂ ਨੂੰ ਡੋਰੀਟੋਸ ਸਮਝਾ ਕੇ ਕਹਿਣਾ ਕਿ ਡੋਰੀਟੋਸ ਹੀ ਆ, ਖਾ ਕੇ ਦਿਖਾ। ਆਪਾਂ ਕਹਿਣਾ ਵੀ ਬਿੰਦੇ ਭਾਈ ਨੇ ਭੇਜੀ ਉੱਥੋਂ ਕੈਨੇਡਾ ਤੋਂ, ਹਾਂ ਖਾ ਕੇ ਦੇ ਕਿੰਨੇ ਸਵਾਦ। ਹਾਂ ਫਿਰ ਦੇਖਦੇ ਹਾਂ ਕਿਆ ਬਣਦਾ। ਵੈਸੇ ਮੈਂ ਹਾਲੇ ਚੈੱਕ ਕੀਤਾ ਨੀਗਾ ਨਾ, ਮੈਂ ਕਰਨਾ ਚਾਹੁੰਦਾ ਹਾਂ ਕਿਉਂਕਿ ਇਹ 'ਤੇ ਵੱਡਾ ਵੱਡਾ ਲਿਖਿਆ। ਖੋਲ ਲੱਗ ਨਾ, ਖੋਲੀ ਵਾਰਨਿੰਗ ਦੇਖ ਲਓ ਕੀ ਦਿੱਤੀ ਹੋਈ ਹੈ। ਗਲੇ ਨੂੰ ਵੀ ਥੋੜ੍ਹਾ ਜਿਹਾ ਪ੍ਰੋਬਲਮ ਆ ਸਕਦੀ ਹੈ, ਭਾਈ ਦਾ ਕੰਮ ਵਧੀਆ ਹੋ ਜਾਂਦਾ। ਮਾਊਥ ਔਨ ਫਾਇਰ ਅਤੇ ਫਿਰ ਆਹ ਲਿਖਿਆ, ਫਿਰ ਐਕਸਟ੍ਰੀਮ ਅਤੇ ਫਿਰ ਆਹ ਅਖੀਰ ਦੇਖ ਲਓ, ਰੈਸਟ ਇਨ ਪੀਸ। ਕਹਿਣ ਤੋਂ ਭਾਵ ਚੀਜ਼ ਹੈਗੀ ਆ ਖਤਰਨਾਕ। ਅਤੇ ਬਾਕੀ ਪੈਂਚੂ ਨੂੰ ਫੋਨ ਕੀਤਾ, ਪੈਂਚੂ ਆਉਣ ਲੱਗਾ। ਹੋਰ ਹੈ ਜੀ, ਪੈਂਚੂ ਨੂੰ ਆਹ ਖਿਲਾਉਂਦੇ ਫਿਰੀਏ, ਹੋਰ ਉਹਦਾ ਖਾ ਪੀ ਕੇ ਗੋਲੀਆਂ ਨਾ, ਕਹਿੰਦਾ ਮੂੰਹ ਦਾ ਸਵਾਦ ਬਦਲਿਆ ਹੋਵੇ, ਹੋਰ ਆ ਖਾ ਕੇ ਖਾਵੇ ਭਾਜੀ ਸਵਾਦ ਬਹੁਤ ਹੋਰ ਦਿਓ, ਅਸਰ ਕਰੂਗਾ ਨਾ ਲਵੀ, ਚੀਕਾਂ ਕਢਾਊਗਾ। ਚੱਲ ਠੀਕ ਹੈ, ਮੈਂ ਉਹਨੂੰ ਬਸ ਇੰਨਾ ਕਹਿਣਾ ਗੌਰਵੀ ਵੀਰ ਨੇ ਚਿਪਸ ਭੇਜੇ ਸੀ ਤੇਰੇ ਲਈ, ਆ ਬਚਾ ਕੇ ਲਿਆਇਆ ਇੱਕ ਤੇਰਾ ਪੈਕਟ, ਉਹਨੇ ਫਿਰ ਖਾ ਹੀ ਜਾਣਾ ਹੈ, ਕਹਿਣਾ ਗੌਰਵੀ ਭਾਜੀ ਨੇ ਭੇਜੇ, ਖਾਣੇ ਤਾਂ ਚਾਹੀਦਾ। ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ। ਇਹਨੂੰ ਦੱਸਿਓ ਨਾ ਕੀ ਕਰਨ ਡਿਆ ਸੀ, ਕਹਿਣਾ ਆਪਾਂ ਉਹਦੇ ਬਲੌਗ ਸ਼ੂਟ ਕਰਦੇ, ਚੰਗਾ ਉਹਦੇ ਖੂਹ ਦਾ, ਖੂਹ ਵਾਲੇ ਨੂੰ ਸ਼ੂਟ ਕਰਨ ਲਾ, ਆਪਾਂ ਰੱਖਦੇ ਸਾਈਡ 'ਤੇ ਗੱਡੀ 'ਚ ਬਾਹਰ। ਹਾਂ ਇਹਨੂੰ ਲਗਾ, ਪੈਂਚੂ ਆ ਗਿਆ ਬਈ, ਪੈਂਚੂ। ਹੋਰ ਪੈਂਚੂ ਕਿੱਦਾਂ? ਵਧੀਆ ਭਾਜੀ, ਬਈ ਹੈਗਾ ਸਹੀ ਆ, ਟੈਗ ਡੁੱਗ ਨਾ ਪਈ। ਨਹੀਂ ਨਹੀਂ ਉਹ ਸਟੈਂਡ ਥੱਲੇ ਆ ਕੇ ਲੱਗਦਾ, ਸਟੈਂਡ ਸਾਲਾ ਜੋ ਹੋਇਆ, ਹਾਂ ਤਾਂ ਥੱਲੇ ਲੱਗਣਾ। ਹੋਰ ਕਿੱਦਾਂ, ਠੀਕ ਠਾਕ ਆ? ਕਿੱਧਰੋਂ ਆਇਆ? ਮੈਂ ਆਇਆ ਆਪਣੇ ਡੈਡੀ ਨਾਲ ਕਿਤੇ ਹੋਣਾ, ਆਪਣੇ ਡੈਡੀ ਨੂੰ ਲੈ ਕੇ ਧੀਣਾ ਤੋਂ। ਠੀਕ ਆ ਭਰਾ, ਤੇਰਾ ਹੀ ਰਹਿਣਾ ਸੀ ਡੈਡੀ, ਉਦਾਂ ਕਹਿਣਾ ਹੈਗਾ ਡੈਡੀ ਨੂੰ, ਡੈਡੀ ਇਕੱਲਾ ਵੀ ਕਹਿ ਦਿੰਦਾ ਆਪਣੇ ਡੈਡੀ ਨੂੰ, ਜਾਂ ਕਿਸੇ ਦੇ ਡੈਡੀ ਨੂੰ ਕਹਿਣ ਦੀ ਲੋੜ ਥੋੜ੍ਹਾ ਹੁੰਦੀ, ਡੈਡੀ ਕਹਿ ਦੋ ਇਕੱਲਾ, ਡੈਡੀ ਤਾਂ ਆਪਣੇ ਹੀ ਵੱਜਦਾ ਹੁੰਦਾ ਡੈਡੀ ਨੂੰ। ਹਾਂ ਇਹ ਪ੍ਰੂਫ ਦੇਣ ਦੀ ਲੋੜ ਥੋੜ੍ਹਾ, ਕਿ ਤੇਰਾ ਹੀ ਆ, ਉਹ ਤੇਰਾ ਹੀ ਆ। ਜਿੱਦਾਂ ਤੁਹਾਨੂੰ ਪਤਾ ਗੌਰਵੀ ਵੀਰ ਨੇ ਚੈਸ ਭੇਜੇ ਸੀਗੇ, ਸਾਰੇ ਚੈੱਕ ਕਰ ਲਏ ਆ, ਇੱਕ ਭੁੰਮਾ ਰਹਿ ਗਿਆ ਸੀ ਅਤੇ ਇੱਕ ਰਹਿ ਗਿਆ ਸੀ ਪੈਂਚੂ। ਹੁਣ ਪੈਂਚੂ ਚੈੱਕ ਕਰਕੇ ਦਿਖਾਉਂਦਾ, ਭਾਜੀ ਨੇ ਮੈਨੂੰ ਸਪੈਸ਼ਲ ਬੁਲਾਇਆ, ਕਹਿੰਦੇ ਆ ਕੇ ਇੱਕ ਵਾਰੀ ਚਿਪਸ ਟੇਸਟ ਕਰਕੇ ਜਾ। ਹਾਂ ਤੇ ਪੈਂਚੂ ਪਤਾ ਲੱਗੇ ਭਾਜੀ, ਆ ਇੱਕ ਪੈਂਚੂ ਕਿੱਥੇ ਮੇਰੇ ਕੋਲ, ਸਾਡੇ ਕੋਲ ਇੱਕ ਹੀ ਚਿਪਸ ਰਹਿ ਗਿਆ ਜੇ, ਇਹ ਚ ਪਾ ਪਾਈ ਭੋਰ ਲਿਆ ਯਾਰ ਅਸੀਂ। ਵਾਹਿਗੁਰੂ ਮਿਹਰ ਕਰੇ, ਸਵਾਦ ਦੱਸਣਾ, ਬਸ ਇਹ ਦੱਸਣਾ ਹੁੰਦਾ ਇਹਦੇ ਵਿੱਚ ਕਿ ਸਵਾਦ ਕਿਹਦੇ ਵਰਗਾ ਆ। ਠੀਕ ਆ, ਕੈਮਰੇ ਚੱਲਣ ਡੇ ਨਾ, ਦੱਸਣਾ ਝੂਠ ਨਹੀਂ ਬੋਲਣਾ ਕਿਹਦੇ ਵਰਗਾ ਸਵਾਦ ਆ। ਇਹ ਭਾਵੇਂ ਜੇ ਤੈਨੂੰ ਕੋਈ ਗਲਤ ਚੀਜ਼ ਵੀ ਲੱਗੀ, ਗੰਦੀ ਚੀਜ਼ ਵੀ ਲੱਗੀ ਬੋਲਣ ਨੂੰ ਕਿ ਹਾਂ ਵੀ ਗੰਦਾ ਸਵਾਦ ਹੈ, ਭੈੜਾ ਸਵਾਦ ਆ, ਮੂੰਹ ਹੱਟ ਬਸ। ਚੱਬਣਾ ਤੇ ਚੱਬ ਕੇ ਦੱਸ ਦੇ, ਜਗ੍ਹਾ ਦਬ 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 ਨਿਕਾ ਜਾ ਜਲਦੀ, ਸਵਾਦ ਕਿਹਦੇ ਵਰਗਾ ਆਇਆ, ਥੱਲੇ ਮਿਰਚਾਂ ਮਿਰਚਾਂ ਸਵਾਦ ਨੂੰ ਆਇਆ ਜੀ, ਅੱਧਾ ਹੋ ਗਿਆ, ਅੱਧਾ ਖਾ ਲਿਆ ਕੌੜਾ, ਸਵਾਦ ਨੀ ਕੋਈ ਆਉਣ ਡਿਆ, ਕੌੜਾ ਤਾਂ ਆਇਆ, ਕੌੜਾ ਤਾਂ ਆਇਆ, ਮੈਨੂੰ ਨੀ ਆਇਆ ਸਵਾਦ, ਕੌੜਾ ਹੀ ਆ ਬਸ, ਕੌੜਾ ਤਾਂ ਮੈਨੂੰ ਵੀ ਆਇਆ, ਸਮਝਦਾ ਨੀ ਯਾਰ ਜਿੱਦਾਂ ਕੋਈ ਚੀਜ਼ ਕਾਹਦਾ ਬਣਿਆ ਹੋਊਗਾ ਇਹ। ਜੁਆਇੰਟ ਕਹਿੰਦੇ ਭੰਗ ਨਹੀਂ ਸਮਝ ਲੱਗੇ, ਨਸ਼ਾ ਨੁਸ਼ਾ ਨਹੀਂ ਕੁਛ ਵੀ ਹੈ,
चुटकी हुण दुबारो फिर चेक की मेरी जीभ नूं मिर्चां आईआं स्वाद नहीं अटक गया उत्ते लिखा बड़ा बड़ा मारना कुछ नहीं होना तो तू बड़ा भूतरे भूतरे कह डे की नहीं पानी आला चैलेंज है नी 15 मिनट पानी नहीं पीता ए पानी ने होर गलत असर करना पीना पी ला अड्डा कौन नहीं जाता पर उन्हें गलत असर करना तो नहीं अच्छा नहीं पीना है अच्छा नहीं किदा यार ये मिर्चा करा दी बस पापड़े पागे पापड़े पागे जोलो चिप्स कहते इन मैं तो आप नहीं कभी खादा तेनू ही खिलाया मैं वो देख दो हले हले करंट शुरू होना कहते शुरू हो गया लगा रहा कोई चक्कर नहीं का बुला तो नहीं लगा फिर भी लवी देखा जाए पूरा खा लिया पूरा जहां तक कैमरे से ओवर एक्टिंग लोग करते हो गए है ना नहीं। हाँ आ गया पर इना तो नहीं चीकें मारन जी करता थोड़ा ही नॉर्मल हो भी गया सारे लोग नक् तेरा चोन डिया साफ कर पहले खूह ते चढ़ा पानी पीन नूं आ मैं लिया पानी पा दिना भरा हाथ ना अल्लाह फड़ सौ लगे मैं तो उंगल चट के लाया ही ना मड़क मेरी जीभ सड़न डई कहिंदा कुछ भी नहीं है मेरी जीभ है 19 क सड़ गई अपने हत्थां में करदे इत्थे हत्थ लाउण दे उत्थे सड़ पैण डिया मैं तो जीण का स्वाद ही देखिया ही की हैगा भाजी उहदे च थोड़ा जिहा होर जे टेस्ट करना हैगा लिया उहदे च लग्गा है मसाला जिहा मसाला नहीं कई जाने देखिया मैंने जोलो चिप्स खा लिया आज फोन फड़ो लिया मैं मारदा फोन फड़ मेरा भरा लिया मैं भरा मारा और कोले आके मार दे चल कोई ना जैसी करनी वैसी अखा नाल ही मेरे मुंह सवाद नक मेरा एवं चौक निकली
अखा च गलत पै गया पानी मार दे हाथ ना ना मरी हाथ फिर पंगा पै जूगा पानी मार दे अखा ते मार जोर ना बस बस नहीं अखा चो हट गया पर गलां गुलां ते जिथे जिथे ना थोड़ा थोड़ा पानी पिया अखा ते गलां ते इथे इथे साड़ पई जांदा है ना इथे पैंदा नहीं कुछ बाकी जिन्हें खादा उन्हें कुछ होया नहीं बस इन्ना है कि नली निकल गई और पानी आना ही भाई हुण ये रब जानदा किदा कंट्रोल करके बैठा है और मोटर से 100 किलोमीटर दूर जे चीकां मरिया इदां तां नहीं कुछ होया यार वाकई गल यार पेंचू च गलबात है डोंट अंडर एस्टिमेट द पावर ऑफ पेंचू की गोली पेंचू ने दवाई अज तक इन्नी खाच ली है कि इनू जोलो जोलो चिप्स असर करन हट गया ये मतलब कहण तो दर्दा तो बहुत कोसा दूर ही निकल गया पर मेरी जान निकल गई यार चीक है नहीं सची यार तू गलबात तेरा जी बिलकुल ही सवाद चल गया मूंह चो चल गया कोई कौड़ा नहीं वाकई यार तू की कहां तू इना कुछ खा लिया दुनिया ते तेनू चिप्स ने कुछ नहीं किया देख डब्बा देखो कि डब्बे चक लिया चक लिया छो जा कड के दिखा ना की लिखे इन पढ़ना तो आना नहीं दस दे मैं ही दस दिना पहले पढ़े ही शकल दे की बनी है हां लिखे अखीर ते रेस्ट इन पीस अग ही बनी थी बस सारे डब्बे दे लगी इन्ना को लिखा ही कुछ नहीं है बस अखा अखा च साड़ पिया बस हाथ लगे ओही आ और इहदे पल्ले कुछ नहीं गा ओ भी हाथ लगे ना बाकी जे भूमे नु खड़ा दंदा भूमे च कर दंदा कुछ फटा रख दे अग ला देख नोक ताकत एड नोक इन ताकत नहीं होर चीजा की ताकत के शकराणु खा के आया ऐही कितो खादे अभी तो तेती चेक किया तू तो तेरे तो कुछ होया भी नहीं ये तां लोकी खांदे एक तो शरी टैप एक तो बाहर टैप उन्होंने अजीका भाई दी हूं अपन की हूं अपन पिंड च रहे भाई शुरू हां ये पर इदा आ कि अखा ओखा ते लाग गया ओ अखा अखा दा खराब है हैं तो जा रही है साग के खादियां मर जा सही गल है दूजा दा वाकई साग च खा लेने आ मेन गल वाकई पिंचू ने सही कहती है कि जेड़ा जोलो चिप्स है एदी जिदा जेड़े ज्यादा शो करते हैं कि बहुत चीकां मारते रीण खा गया वह काम नहीं गा एदू ज्यादा वाकई आप पिंड वाले साग नाल मिर्चा खा जाने जिन्या ए मिर्चा सी बस मिर्चा वह भी साग नाल जी खाने वह भी अख च पै जाए तो साड़ पाँदी है तो मिर्च इन्हें भी अख च पैगी साड़ पाया ओदा कुछ नहीं हो तो ये तो उ हो ना जो डोरीटोस खाते होंगे तो तेन तो उन्ना की फर्क है ना बस चलो जी तू ना इन्ना क तू मैं तेरी तेरी तपस्या तो इन्ना प्रसन्न होया मैनू लगता अज तेन रब ने साक्षात साक्षात ही कहते की कहने होंगे अज दर्शन देने उन्हें कहना पेंचू साला नशा घट कर मतलब तेन नशे नशे ये भी नहीं पता लगा कि साला असर है कोई मिर्च लगती है वाकई माड़ा जिथे जिथे उंगल लग गई उथे उथे मिर्च लगी जांदी है तेनू दसदा तेनू भी खिलाऊं किथे आ
ਇਹਨੂੰ ਤਾਂ ਇਹੀ ਕਹਿ ਸਕਦੇ ਆ ਪ੍ਰੈਂਕ ਗੋਨ ਰੋਂਗ। ਕੀ ਕਹਿੰਦਾ? ਇੰਨੀਆਂ ਸਾਗ ਚ ਖਾਣਾ, ਇੰਨੀਆਂ ਕੀ ਇੰਨਾ ਸਾਗ ਚ ਖਾਣਾ, ਪਰ 2 ਮਿੰਟ ਲਈ ਹੋਇਆ ਸੀ ਅਸਰ, ਉਦੋਂ ਬਾਅਦ ਨਹੀਂ। ਉੰਨੀਆਂ ਮਿਰਚ ਮਤਲਬ ਸਾਗ ਚ ਖਾਣਾ ਆ? ਬਸ ਠੀਕ, ਉੰਨਾ ਕੀ ਅਸਰ ਹੋਇਆ ਜਿੰਨਾ ਸਾਗ ਨਾਲ ਮਿਰਚਾਂ ਖਾਣਾ ਹੁੰਦਾ। ਵੈਰੀ ਗੁੱਡ ਬ੍ਰੋ, ਕੀਪ ਇਟ ਅਪ। ਕੱਲ ਕੱਲ ਜੇ 2 ਪੈਕਟ ਲਿਆਂਦੇ ਖਾ ਸਕਦਾ? ਉਹ ਚਲੋ ਦੁਬਾਰਾ ਦੁਬਾਰਾ ਕਿਉਂ ਪੰਗਾ ਲੈਣਾ, ਨਹੀਂ ਉਦਾਂ ਖਾ ਸਕਦਾ ਜੇ ਸ਼ਰਤ ਲਾ ਕੇ ਆਪਾਂ ਖਾਈਏ। ਕਿਉਂਕਿ ਉਹ ਜਿਹੜੀ ਮੈਂ ਅੱਜ ਹੀ ਵੀਡੀਓ ਦਿਖਾਈ, ਲਵੀ ਨੇ ਕਹਿੰਦਾ ਭਾਜੀ ਆਹ ਰਿਐਕਸ਼ਨ ਆਉਣਾ ਆ। ਹੱਲੇ ਵੀ ਨਹੀਂ ਪਾਣੀ ਪੀਤਾ ਭਾਜੀ। ਪਾਣੀ ਪੀਤਾ ਨੀ ਤੂੰ? ਹੋਇਆ ਕੁਛ ਵੀ ਨਹੀਂ, ਵਾਕਿਆ ਨੀ ਕੁਛ ਹੋਇਆ, ਕਿਉਂਕਿ ਵੀਡੀਓ ਲਵੀ ਨੇ ਦਿਖਾਈ ਸੀਗੀ ਤੇ ਵੀਡੀਓ ਵਿੱਚ ਤਾਂ ਬਹੁਤ ਬੰਦੇ ਨੇ ਓਵਰ ਐਕਟਿੰਗ ਕੀਤੀ। ਹੱਦ ਹੋ ਗਈ, ਆਪਣੀ ਮੰਮਾ ਨੂੰ ਵੀ ਬਾਜਾ ਮਾਰੀ ਗਿਆ ਤਾਂ ਵਿੱਚੋਂ ਨਿਕਲਿਆ ਕੀ? ਕੁਛ ਹੋਇਆ ਹੀ ਨਹੀਂ ਬੰਦੇ ਨੂੰ ਯਾਰ, ਪਰ ਇੰਨਾ ਅੱਖਾਂ ਤੋਂ ਬਚਾ ਕੇ, ਕਿਉਂਕਿ ਜੇ ਆਪਣੇ ਆਲੇ ਦੁਆਲੇ ਪੈਕਟ ਨੂੰ ਵੀ ਹੱਥ ਲੱਗਦੇ ਆ, ਜੇ ਆਪਾਂ ਪਾਣੀ ਵੀ ਅੱਖਾਂ ਤੋਂ, ਹੈ ਨਾ, ਕੀ ਹੈਗਾ ਥੋੜ੍ਹਾ ਜਿਹਾ, ਥੋੜ੍ਹਾ ਜਿਹਾ ਹੀ ਮੰਗਾ ਲਾ। ਲਵੀ ਦਾ ਫਰੈਂਡ ਕਹਿੰਦਾ ਆ ਹੈਗਾ ਆ, ਪਰ ਥੋੜ੍ਹਾ ਜਿਹਾ ਆ ਨਾ, ਮਤਲਬ ਖੁੱਲਾ ਹੋਇਆ ਪੈਕਟ, ਕਰ ਗੱਲ ਤੋਂ ਯਾਰ, ਚਾਹੀਦਾ ਜਰੂਰੀ ਹੁਣ। ਇਹ ਆਨਲਾਈਨ ਹੀ ਆਰਡਰ ਕਰਨਾ ਪੈਣਾ ਜਾਂ ਕਿਤੋਂ ਮਿਲ ਜੂ ਸਟੋਰ ਤੋਂ? ਜੇ ਕਿਤੋਂ ਸਟੋਰ ਤੋਂ ਮਿਲਦਾ ਕਰੀਏ, ਪਿੰਡ ਕਿਸੇ ਨੂੰ ਖੜਾਉਂਦੇ ਆ। ਕਿੰਨੇ ਦਾ ਭਾਜੀ ਇਹ? ਆਹ ਲਵੀਆ ਕਿੰਨੇ ਦਾ ਆਇਆ ਸੀਗਾ? ਰੀਲਾਂ ਵਾਲੇ ਮੁੰਡੇ ਖਰਾਬ ਜਰੂਰ ਕਰਨੀ, ਰੀਲਾਂ ਇੱਦਾਂ ਪਾਉਂਦੇ ਆ। ਕੋਈ ਨਹੀਂ, ਤਾਂ ਪਾ ਪਾ ਤੇਰਾ ਮੈਂ ਰੋਸਟ ਕਰਦਾ ਯੂਟਿਊਬ ਤੇ, ਭਾਵਾਂ ਮੈਂ ਨਹੀਂ ਰੋਸਟ ਕਰਦਾ ਇੰਸਟਾਗ੍ਰਾਮ ਤੇ ਕਰੂੰ ਤੇਰੀ ਰੀਲ ਦਾ, ਤੇਰਾ ਕਾਤੇ ਕਰਨਾ ਬੁੱਗੇ, ਮੈਂ ਰੋਸਟ ਕਰਨਾ ਹੀ ਛੱਡਤਾ। ਹਾਂ ਇਹ ਕੰਮ ਛੱਡਤੇ ਆਪਾਂ, ਡੱਬਾ ਬੇਕਾਰ ਗਿਆ, ਕੀ ਬਣਿਆ ਲਾਗਾ ਲੱਗਾ ਜਦੋਂ ਤੁਰਦਾ ਆ, ਲੱਤਾਂ ਜਿੰਨਾ ਵੇਲ, ਹਾਂ ਡੰਬਲ ਮੋਢਿਆਂ ਤੇ ਰੱਖ ਕੇ ਜਾਇਆ ਕਰ, ਵਧਣੋਂ ਹਟ ਜੂਗੀ। 15 ਕਿਲੋ ਦਾ ਡੰਬਲ ਇੱਧਰਲੇ ਮੋਢੇ ਤੇ, 15 ਕਿਲੋ ਇੱਧਰ ਨੂੰ, ਸਾਰੀ 12 ਘੰਟੇ ਤੂੰ ਏਦਾਂ 30 ਕਿਲੋ ਮੋਢਿਆਂ ਤੇ ਵੇਟ ਰੱਖ ਕੇ ਤੁਰਨਾ, ਹਾਈਟ ਰੁਕੀ ਰਹੂਗੀ, ਠੀਕ ਹੈ, ਹਾਈਟ ਨਹੀਂ ਵਧੂਗੀ, ਸਮਝ ਗਏ? ਤੇ ਬਾਕੀ ਭਾਰ ਵਾਹਿਗੁਰੂ ਕਿਰਪਾ ਕਰੇ, ਪੈਂਚੂ ਤੋਂ ਲੈ ਲਓ ਜਾਂ ਮੇਰੇ ਤੋਂ ਲੈ ਲਓ। ਚੱਲ ਮਾਸ ਤਾਂ ਤੂੰ ਮੇਰੇ ਤੋਂ ਵੀ ਲੈ ਸਕਦਾ ਜਾਂ ਪੈਂਚੂ ਤੋਂ ਲੈ ਸਕਦਾ, ਤੇ ਬਾਕੀ ਇਹ ਗੱਲ ਆ ਕਿ ਜੋ ਤੇਰਾ ਖੰਡ ਦਾ ਸਟਾਈਲ ਆ ਨਾ, ਪਰ ਏਦਾਂ ਵੇਲ ਨਹੀਂ ਹੁੰਦਾ ਉਹਦੀਆਂ ਲੱਤਾਂ 'ਚ, ਖੜੀ ਤਾਂ ਸਿੱਧੀਆਂ ਲੱਤਾਂ ਕਰ ਖੜ ਕੇ ਖੜ, ਘੈਂਟ ਲੱਗਦਾ ਕਹਿੰਦਾ ਥੱਲ ਕੀ ਕਹਿੰਦਾ, ਕਹਿੰਦਾ ਇੰਨੀਆਂ ਲੱਤਾਂ ਖੁੱਲੀਆਂ ਥੱਲੇ ਦੀ ਮੋਟਰਸਾਈਕਲ ਲੰਘ ਜਾਣਾ ਪੈਂਚੂ ਕਹਿੰਦਾ, ਆ ਹੁਣ ਸਕੂਟੀ ਲੰਘ ਜਾਣੀ ਵਿੱਚ ਦੀ, ਕੁਛ ਕੁਛ ਵੀ ਕੁਛ ਵੀ। ਸਰਦਾਰ ਸਾਹਿਬ ਤੁਸੀਂ ਕਰਾ ਤੀ ਮੇਰੀ ਅੱਜ, ਕਰਾ ਤਾ ਜਲੀਲ ਮੈਨੂੰ, ਹੈ ਕਿੰਨੀ ਦੂਰੋਂ ਆਇਆ ਉਹ ਸੜੇ ਜਿਹੇ ਮੋਟਰਸਾਈਕਲ ਲੈ ਕੇ, ਪਤਾ ਨਹੀਂ ਕੀ ਕਰਨਾ, ਚਲੋ।
फोन पुठा फड़िया होया ते ए बंदे नूं ए नहीं पता कि जदों एडिट करनी वीडियो रोटेट कर दूंगा मैं फोन सीधा किधर नूं आ देख आ फोन फड़िया हां जी आ पुठा हो गया फोन दे माइक मोरे बोलन डे मेरी की इज्जत रहूगी कहना जिन्हू फोन फंड नहीं आता ब्लॉग पाते कुछ भी सरदार साहब वैसे नहीं बोलते चलो कोई ना लंबू वाली पेंटा चल दी अजकल लंबू वाली अमिताभ बच्चन वाली टोर लगती है मजाक नहीं उदा हासे ना सर टोर पग ना टोर बन जाती है ना बंदे दी या ब्रो पग ना टोर लगती है मोने बंदे नहीं वधिया लगते सरदार साहब होनी तां अच्छा फिर ही नहीं तो फिर संगड़ दी की लोड़ा बना तू ब्लॉग बंद आ ओके ओके चल तू कर ला रील बना ला अपनी चला ले थले नू कर बंद करता चक दस दस इना मैं तेन दसा जिन्हें कुड़ियां रीलां ते फेमस हो इन्ने नखरे वह नहीं कर दी जिन्हें तू कर डे ठीक है अगले दो मिनट लख ला के कर दे कच्चा बदाम कर दे तुम्हें कच्चा बदाम कच्चा कच्चा बदाम करता सही पिछन ए करी पिछन जा पेंचू जाई कोले जाई कोले नाल जा ना कच्चा बदाम करने के जो जो पेंचू करूगा वह करी तू कर करके दिखा की करना वह करा के तो दिखा ना कच्चा बदाम कि ले आ तो भंगड़ा आ पिछे मैडम पिछे कट के ना पिछे करके कच्चा बदम कच्चा कच्चा बदम बदम कच्चा बदम कच्चा कच्चा बदम लेता मुंडे ने उन्हें लिया कोई भी रीटेक नहीं लिया ना ये होंगी कलाकारी इधर आओ इधर मुंह करो होर इधर करो नहीं इधर इधर हाँ हाँ ढेड इधर खिंचो ए टी शर्ट इधर मुंह करो चलो बह जाओ आके कुछ नहीं पा ढेड अंदर खिचा चल मैं अपना ढेड अंदर खिंचना तो आप देखते अपने दोनों ढेड किन्ना चेर अंदर रख सकते हैं ठीक है सकेंट खेलने बहुत वधिया गेम है लोग बड़िया गेम खेडते आप छोटिया खेडते हैं ये कर ढेड अंदर कर ढेड अंदर कर लिया एक दो तीन चार छुट्टन ला सत अठ नौ दस अख च अड़िया नहीं हुंदा कुछ अख च पिया हुंदा कुछ तेरी अख च की अड़ गया बेवकूफा नुक्कड़ की अड़िया देख लेने कुछ गिद्ध कहते गिद्ध नहीं होर मैं धो गया उठे किन्ने बजे अज मैं सवेर दा उठे फिर 9 बजे दा तेरी सवेर कई बार शाम दे 4 बजे हुंदी ना तां पुछदा केड़ी सवेर दा उठे हुंदी आ आज सवेरे उठेंगा हुन सुतांगा 3:30 बजे मिलूगा चिप बस हाथ खड़े आ दो एक बार रातां नूं चक दे मेरा भरा चल हाथ खड़े आ हुण ना तू आपां जाणा गड्डी च जदों पिंड नूं ना इत्थों हाथ चक के फुलड़ी वाले तक जाणा कि मेरे हाथ खड़े आ जी आ इक बंदे नूं खड़ाता अद पचदा करता बन गई क्या अच्छा जेडी मैं रील देखदा ओ सर म्यूजिक दा कमाल हुंदा आ रील बस इन्नी कु मुक जांदी तुर के जाना बंदे नूं कहना बस विच इफेक्ट वी लगणे आ विच इफेक्ट ला देणे बंदे दा काम मतलब इन्ना ही है कि तुर के जाना मैं दुनिया नाल मत्था मारदा रहना मैनूं भी सिखा आ चीजां तुर के किद्दां जाना कैमरे करके मैं रील थोड़ी ज्यादा लैणे ते मैं लैणा ही नहीं कोई भी अच्छा मतलब तुर के जाना
ਲਵੀ ਨੂੰ ਕਹਿਣਾ ਬਸ ਰੀਲ ਬਣ ਗਈ ਉਹ ਚ ਇਫੈਕਟ ਲਾ ਦੇਣੇ ਗਾਣਾ ਲਾ ਦੇਣਾ ਉਤੋਂ ਚੱਕਵਾਂ ਜਿਹਾ ਮੂਸੇ ਵਾਲੇ ਦਾ ਜਾਂ ਕਰਨ ਔਜਲੇ ਦਾ ਰੀਲ ਗਈ ਚੱਲ ਨਾ ਨਾ ਮੈਂ ਅੱਜ ਕੱਲ੍ਹ ਸਾਊਂਡ ਲਾਉਣਾ ਉਹਨਾਂ ਸਾਊਂਡ ਸਾਊਂਡ ਗਾਣੇ ਨੂੰ ਕਹਿ ਦਿੰਦੇ ਨਹੀਂ ਦੂਜੀ ਸਾਊਂਡ ਜਿਹੜੇ ਉਹ ਟਿੰਗਲਿੰਗ ਟਿੰਗਲਿੰਗ ਨਹੀਂ 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 ਜਿਹੜੇ ਮੋੜੇ ਸ਼ਾਇਰੀਆਂ ਕਰਦੇ ਆ ਸ਼ਾਇਰੀਆਂ ਅੱਛਾ ਜੀ ਓ ਮਾਵੀ ਸਿੰਘ ਮਾਵੀ ਸਿੰਘ ਇਨ ਦਾ ਹਾਊਸ ਬੇਬੀ ਉਹ ਡੈਗਦਾ ਫਿਰਦਾ ਕਿੱਧਰ ਨੂੰ ਹੈਲੋ ਕਿੱਧਰ ਨੂੰ तू भी बटुआ रखदा अजकल अजकल तू भी सामी तकड़ी लगदा बटुआ कोल ही हुंदा तेरे हैगा मेरे मेरे बटुए दे सारे जने हाल देखो पैसे इन्ने कागज गए बटुए का हाल देखो इनू कहते अमीरी अरे पिंज तुम्हें देख ला कल ठीक सी कल कल ही पट आया कल पैसे ज्यादा पाले खरे मैं बिच कुछ है नहीं वैसे खाली है कार्ड कूड ही है चलो देखो ये है जी 16 तो 17 तक दे 17 तो 18 तक दे ये होने वाले जवान आ ये पंजाब का भविष्य आ जिहड़ा रीलां ही रीलां कर रहा है ते आ जोलो चिप्स वाले मुंडे ने मेरी बेइज्जती करवाती आ इना गुस्सा बाद च इन्हें चक के बाद चले कहना भाजी थंबनेल तो रह गया सी ले लिया बे चक के मारिया ठीक है सरदार साहब अज घरे की गया कि आया हो क्या ना लवी ना आया हो पक्की गल अज गाल नहीं पैण गया पिछली यार घरे कहिंदा मैं ट्यूशन ते आ ते लवी ने बलॉग पाता लवी का बलॉग माता जी ने खरे देख लिया खरे फादर साहब ने देख लिया तो फिर सर्विस हुई गाला नू भी सर्विस ही कहिंदे आ दबकियां नू भी सर्विस ही कहिंदे आ इंजन होया बन गई कच्चे बदाम अज वीडियो ना घर दिया ने देख ली मेना बबोल चल बन दिया उन्होंने मेरे नाव के थ्रू गल करते क्योंकि वह कहते मैं क्या सुधर गया आ कहते ठीक है सुधर गया होगा कहते सानू लगा नहीं मैं सुधर गया बाकी नवजोत बाजवा हाँ जी कैंट बड़ा लगन दिया सही गल दसा तेन कैमरा तो मैं तेरे एन फोकस किया बाकी लवी के चैनल न कर लियो सबसक्राइब बोल के भी दस चैनल का नाम लवी ढिलों लवी ढिलों चेकराओ नु केड़ा चक्का खैर अगे स्प्लेंडर दा इनू की हो गया और थल्ले देखो यार रैंपिंगा हो गया अच्छा गड्डी दा लॉय हो गया बिंगा पिंचू दे कहण दे मतलब हो गया बिंगा वाकई हो गया भाई आ दिया दे तन्नू दसदा हुण हां बिंगा पिछे लवाउणा पिछे भी झटके उन्ने ही पैणे आ अलॉय ठीक करा लियावांगे गड्डी कंट्रोल नहीं हुंदी ए और नहीं बदला लियावांगे वाहेगुरु मेहर करे इन्नी छेती बदलाया नहीं जाने ना हले साल बाद ते अलॉय बदलवाउण दे उदा जे सोचा जावे इन्ने महंगे पवा के बिंगे भी हो गए फायदा की है हले लोकी कहंदे 24 इंच पवाओ ए तो है 22 इंच कईयां ने 28 भी पवाए होए हां 28 ओ तो बेशोच आया जिन्ना मर्जी छड्डी जाओ है ना जिने जिने चलाउणी आ ओ 22 पवाउंदा ओदी ते खड़ी है हां 20 20 पवाउंदा केदी खड़ी है हिम्मत मार मैं अभी साले कल तू ब्लॉग में आज बगार बडाल भी दी मुझे नहीं आप छोटी तो वड्डी करनी है ना ਆਪਾਂ ਇਸੇ ਕਹਿ ਨੂੰ ਕਹਾਂਗੇ ਜਾਨੂੰ ਗੱਡੀ ਬਹੁਤ ਛੋਟੀ ਹੈ ਥੋੜੀ ਵੱਡੀ ਕਰੋ ਓਹੋ ਜਾਨੂੰ ਗੱਡੀ ਬਹੁਤ ਛੋਟੀ ਹੈ ਵੱਡੀ ਕਰੋ ਮਤਲਬ ਇਹਨੇ ਗਰਲਫ੍ਰੈਂਡ ਬਣਾਉਣੀ ਆ ਮਤਲਬ ਉਹ ਇਹਨੂੰ ਗੱਡੀ ਗਿਫਟ ਕਰੂਗੀ ਕਿ ਇਹਨੇ ਕਹਿਣਾ ਮੈਂ ਜਾਨੂੰ ਤਾਂ ਗੱਡੀ ਬਹੁਤ ਛੋਟੀ ਮੈਨੂੰ ਸ਼ਰਮ ਆਉਂਦੀ ਆ ਜਾਨੂੰ ਸ਼ਰਮ ਬਹੁਤ ਆਉਂਦੀ ਆ ਤੇਰੇ ਯਾਰ ਨੂੰ ਆਈ ਜਿਹੜੀ ਗੱਡੀ ਅੱਛਾ ਇਹਦਾ ਇੱਕ ਯਾਰ ਆ ਉਹਨੂੰ ਗੱਡੀ ਗਿਫਟ ਮਿਲੀ ਤਾਜੀ 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 ਮਿਲੀ ਆ ਚਲੋ ਪਤਾ ਨਹੀਂ ਕਿੱਦਾਂ ਕਹਿੰਦਾ ਆ ਉਹ ਮੁੰਡਾ ਕਹਿੰਦਾ ਕਹਿੰਦਾ ਮੈਨੂੰ ਮੇਰੀ ਗਰਲਫ੍ਰੈਂਡ ਨੇ ਗੱਡੀ ਗਿਫਟ ਕੀਤੀ ਭਲਾ ਗਰਲਫ੍ਰੈਂਡਾਂ ਵੀ ਗੱਡੀ ਗਿਫਟ ਕਰਦੀਆਂ ਮੈਨੂੰ ਤਾਂ ਨਹੀਂ ਪਤਾ ਤੇ ਕਿਉਂਕਿ ਗਰਲਫ੍ਰੈਂਡ ਨੇ ਘਰੇ ਕੀ ਜਵਾਬ ਦਿੱਤਾ ਹੋਊਗਾ ਜੇ ਗੱਡੀ ਗਿਫਟ ਕੀਤੀ ਸੋਚਣ ਵਾਲੀ ਗੱਲ ਆ ਹੈ ਐਵੇਂ ਮਾਰ ਦਿੰਦੇ ਆ ਪਰ ਪਿੰਚੂ ਨੇ ਤਾਂ ਇਦਾਂ ਹੀ ਕਰਨਾ ਕਿ ਛੋਟੀ ਗੱਡੀ ਲੈ ਕੇ ਵੱਡੀ ਵੱਡੀ ਗਰਲਫ੍ਰੈਂਡ ਦੇਊਗੀ ਵੱਡੀ ਕਹਿਣਾ ਦੇ ਦਿਓ ਜੇ ਨਾ ਆਈ ਤਾਂ ਛੋਟੀ ਨਾਲ ਕੰਮ ਚਲਾ ਲਵਾਂਗੇ ਚਲੋ ਠੀਕ ਹੈ ਹੁਣ ਇਦਾਂ ਕਰੋ ਟਾਈਮ ਬਹੁਤ ਹੋ ਗਿਆ ਹੁਣ ਨਿਕਲੋ ਬਹਿ ਬਹਿ ਕੇ ਘਰ ਨੂੰ
ਹੁਣ ਮੇਰਾ ਪੁੱਤ ਕੀ ਲੈਣਾ ਛੋਟ ਚਾਬੀ ਉਹ ਤੋਂ ਛੋਟ ਬੋਲ ਲੈਂਦਾ ਏ ਇਹ ਵੀ ਹੱਥੋਂ ਨਿਕਲੇ ਲੱਗਦਾ ਇਹ ਵੀ ਰੀਲਾਂ ਤੇ ਲੱਕ ਹੀ ਲਾਉਣ ਜੋਗੇ ਰਹਿ ਜਾਣ ਮੈਨੂੰ ਲੱਗਦਾ ਹੱਸਦਾ ਬਸ ਇੰਨਾ ਹੀ ਆ ਕਿ ਕੱਚਾ ਬਦਾਮ ਕੱਚਾ ਕੱਚਾ ਬਦਾਮ ਸੀਟ ਚੱਕਣੀ ਪੈਂਦੀ ਤੈਨੂੰ ਤੇ ਮੈਂ 6'4" ਦਾ ਆ ਤੇ ਵੀ 4 ਇੰਚ ਦਾ ਫਰਕ ਹੀ ਨੀ ਕੋਈ ਗਿਣਿਆ ਗਿਆ ਰੀਲਾਂ ਬਣਦੀਆਂ ਅੱਜ ਕੱਲ ਹੈ ਗੱਡੀ ਚ ਚਲ ਜਾਓ ਰੀਲ ਬਣ ਗਈ ਉਧਰ ਚਲ ਜਾਓ ਰੀਲ ਬਣ ਗਈ ਹੁਣ ਉਧਰ ਵਾਪਸ ਆਊਗਾ ਲਵੀ ਕਿਆ ਬਾਤ ਵੈਰੀ ਗੁੱਡ ਡਾਇਰੈਕਟਰ ਸਾਹਿਬ ਤੁਹਾਡਾ ਵੀ ਦਿਮਾਗ ਮੈਂ ਕਿਹਾ ਸਦਕੇ ਹੀ ਆ ਪਰਮੇਸ਼ਵਰ ਵਰਮਾ ਨਾ ਫਿਰ ਚੱਲੀਆਂ ਨੀ ਯਾਰ ਉਹਦੇ ਵਿੱਚ ਨਾ ਫਿਰ ਬਾਕੀ ਗਾਣਿਆਂ ਵਿੱਚ ਜਦੋਂ ਆਉਂਦਾ ਟੌਰ ਬਹੁਤ ਹੁੰਦੀ ਉਹ ਆਪਣੇ ਗਾਣੇ ਹੋ ਗਿਆ ਜਾਂਦੇ ਦੀ ਗੱਡੀ ਦਾ ਕਲਿੱਪ ਲੈ ਲਿਆ ਮਤਲਬ ਜੋ ਵੀ ਕਹਿੰਦੇ ਆ ਟੇਕ ਯਕੀ ਪਤਾ ਨਹੀਂ ਕੀ ਕਹਿੰਦੇ ਹੌਰਨ ਮਾਰਤਾ ਉਹਨੇ ਹੈਂ ਕੈਮਰਾ ਔਨ ਕਰ ਦਿਓ ਵਾਓ ਇੱਧਰੋਂ ਦੇਖੋ ਹੱਥ ਲੱਗੀ ਉਹ ਖਰਾਬ ਹੋ ਗਿਆ ਐਫੇ ਦਾ ਇਹ ਤਾਂ ਸੌਖੀਆਂ ਨਾ ਰੋਜ਼ ਗੱਡੀ ਕੱਢੋ ਤਾਂ ਰੀਲ ਬਣਾ ਲਓ ਮੈਂ ਤਾਂ ਐਵੇਂ ਬੋਲਦਾ ਰਹਿੰਦਾ ਬਣ ਗਈ ਬਣ ਗਈ ਸ਼ੀਸ਼ਾ ਚਾੜ ਲੈਂਦੇ ਗੱਡੀ ਪਾ ਲਾ ਕੀ ਪਾਉਣਾ ਤੂੰ ਮੈਂ ਗੱਡੀ ਗਿੜੀ ਮਾਰ ਕੇ ਆਉਂਦਾ ਤੂੰ ਰਹਿਣ ਦੇ ਭਰਾ ਤੇਰੇ ਜੋਲੋ ਚਿਪਸ ਹੁਣ ਨਾ ਖੇਡ ਜਾਣ ਗੱਡੀ ਚ ਲਾਉਂਦੇ ਤੇ ਹੋਰ ਗੱਡੀ ਆ ਤੈਨੂੰ ਹੋਈ ਹੋਵੇ ਚੰਗਾ ਪੈਂਚੂ ਫਿਰ ਮਿਲਦੇ ਆ ਚੱਲ ਲਵੀ ਚੱਲੀਏ ਘਰ ਨੂੰ ਚੱਲ ਤੌਰ ਇੱਦੀ ਤੁਰ ਲੋਕ ਇੱਦਾਂ ਕਰ ਲਈ ਹੁਣੇ ਜਿੱਦਾਂ ਤੈਨੂੰ ਡਾਕੂ ਪੈਂਦੇ ਆ ਲੋਕ ਆ ਹੁਣ ਖੁੱਲੀ ਲੋਕ ਵੀ ਨੀ ਖੋਲਣੇ ਆਉਂਦੇ ਆ ਬਟਨ ਲਗਾ ਇੱਦਾਂ ਕਰ ਦੋ ਖੁੱਲ ਜਾਂਦੇ ਆ ਇਹ ਵੀ ਦੱਸ ਦਿਓ ਨਾ ਕਿ ਜਦੋਂ ਲੋਕ ਹੁੰਦੀ ਆ ਹੁਣ ਬਾਕੀ ਤੈਨੂੰ ਸੁਣਦਾ ਸੀ ਨਿਆਣੇ ਵੀ ਖੋਲ ਸਕਦੇ ਚੱਲ ਚਲੋ ਨਿਕਲੋ ਬਹਿ ਬਹਿ ਬਹੁਤ ਖੇਡ ਲਿਆ ਅੱਗੇ ਚੱਲ ਹੋਰ ਅੱਗੇ ਵੀ ਸਾਲਾ ਖੂਹ ਤੋਂ ਮੋਟਰ ਦੀਆਂ ਤਾਰਾਂ ਲਿੱਤੀਆਂ ਜਾ ਹੁਣ ਮੈਂ ਪਹਿਲਾਂ ਹੀ ਮੈਂ ਕਿਹਾ ਮੈਂ ਕੰਮ ਹੋਇਆ ਥਾ ਮੂੰਹ ਖਾ ਖਾ ਕੇ ਤੇ ਵਾਕਿਆ ਕੋਈ ਫਰਕ ਪਿਆ ਗਿਆ ਨੀ 1% ਵੀ ਨੀ ਪਤਾ ਲੱਗਾ ਚਲੋ ਜੇ ਇਹੀ ਜਿੱਦਾਂ ਰੋਟੀ ਦਾ ਮਰਚ ਆ ਗਈ ਮਾੜੀ ਜਿਹੀ ਬਸ ਤੁਹਾਨੂੰ ਪੈਂਚੂ ਕਹਿੰਦੇ ਆ ਫਿਰ ਵਾਕਿਆ ਨਾ ਕੁਛ ਨੀ ਗੱਲ ਵੀ ਪਾਗਲ ਬਣਾਇਆ ਸਵਾਦ ਕਿਹੜਾ ਹੁੰਦਾ ਸਵਾਦ ਮਿਰਚਾਂ ਆਉਂਦੀਆਂ ਥੋੜੀਆਂ ਮਿਰਚਾਂ ਥੋੜੀਆਂ ਥੋੜੀਆਂ ਕਹਿੰਦਾ ਪੂਰਾ ਚਿਪਸ ਖਾ ਗਿਆ ਕੁਛ ਫਰਕ ਹੀ ਨੀ ਪਿਆ ਫਰਕ ਹੀ ਨੀ ਪਿਆ ਵੇ ਕਹਿੰਦਾ ਮੈਨੂੰ ਲੱਗਦਾ ਭੰਗ ਗਿਆ ਪਾਣੀ ਵੀ ਮੰਗਿਆ ਉਹ ਚਿਪਸ ਦਾ ਹਰਾ ਰੰਗ ਦੇਖ ਕੇ ਮੈਂ ਕਹਿੰਦਾ ਮੈਨੂੰ ਲੱਗਦਾ ਭੰਗ ਗਿਆ ਤੇ ਚਲੋ ਬਾਕੀ ਫੁੱਲੜੀ ਵਾਲਾ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਤੁਹਾਨੂੰ ਜਿੱਦਾਂ ਕਿ ਪਤਾ ਫੁੱਲੜੀ ਵਾਲੇ ਦੀ ਇਹ ਪਹਿਚਾਣ ਪੜ੍ਹਿਆ ਲਿਖਿਆ ਹਰ ਇਨਸਾਨ ਨਸ਼ੇ ਪੱਤੇ ਤੋਂ ਰਹਿਤ ਇਲਾਕਾ ਤੇ ਇਹ ਇਲਾਕਾ ਵਾਹਿਗੁਰੂ ਮਿਹਰ ਕਰੇ ਚਲੋ ਚੰਗਾ ਲਵੀ ਚਲੋ ਠੀਕ ਹੈ ਵੀਰੇ ਓਕੇ ਸਰਦਾਰ ਸਾਹਿਬ ਚੰਗਾ ਜੀ ਧਿਆਨ ਨਾਲ ਜਾਇਓ ਓਕੇ ਉੱਡ ਨਾ ਜਾਏ ਹੁਣ ਪਾਪਾ ਦੀਆਂ ਪਰੀਆਂ ਹਾਏ ਬਾਏ ਚਲੋ ਜੀ ਬਲੌਗ ਜੇ ਇੱਥੇ ਤੱਕ ਤੁਹਾਨੂੰ ਪਸੰਦ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਲਾਈਕ ਕਰ ਦਿਓ ਵੀਡੀਓ ਨੂੰ ਸ਼ਾਇਦ ਤੁਹਾਨੂੰ ਨਾ ਪਸੰਦ ਆਇਆ ਹੋਵੇ ਪਰ ਫਿਰ ਵੀ ਲਾਈਕ ਕਰ ਦਿਓ ਗਾਂ ਵਧੀਆ ਲੈ ਕੇ ਆਵਾਂਗੇ ਕਿ ਨਹੀਂ ਵਧੀਆ ਆਊਗਾ ਨਾ ਗਾਂ ਵਾਲਾ